ਬਰਨਾਲੇ ਦੇ ਪਿੰਡ ਕੱਟੂ ਦੇ ਵਿਚ ਸਰਦਾਰ ਜਗਤਾਰ ਸਿੰਘ ਦੇ ਨਾਲ ਇਸ ਵੇਲੇ, ਜਿਨ੍ਹਾਂ ਨੇ ਵਿਰਾਸਤੀ ਚੀਜ਼ਾਂ ਸਾਂਭੀਆਂ ਹੋਈਆਂ, ਪੰਜਾਬ ਦੇ ਸਭਿਆਚਾਰ ਨਾਲ ਜੁੜੀਆਂ ਹੋਈਆਂ ਚੀਜ਼ਾਂ। ਬਹੁਤੀਆਂ ਚੀਜ਼ਾਂ ਦੇ ਸਾਨੂੰ ਨਾਮ ਨਹੀਂ ਚੇਤੇ, ਪਰ ਇਨ੍ਹਾਂ ਨੇ ਸਾਂਭੇ ਹੋਏ, ਕਿਉਂਕਿ ਨਾ ਚੇਤਾ ਤਾਂ ਚੱਲ ਚੀਜ਼ ਹੋ ਰਿਹਾ ਕਿ ਸਾਨੂੰ ਉਨ੍ਹਾਂ ਦਾ ਬਾਰੇ ਪਤਾ ਨਹੀਂ। ਤੁਸੀਂ ਹੱਥ ਲਾ ਲਾ ਕੇ ਇੱਕ ਚੀਜ਼ ਬਾਰੇ ਦੱਸੀ ਜਾਓ ਤਾਂ ਚੰਗੀ ਗੱਲ ਹੈ ਸਾਡੇ ਲਈ। ਹਾਂਜੀ, ਆਪਾਂ ਇਸ ਸਾਈਡ ਤੋਂ ਸ਼ੁਰੂ ਕਰਦੇ ਹਾਂ ਜੀ। ਜੀ, ਇਹਨੂੰ ਸਬਰ ਕਤਾ ਬੋਲਦੇ ਆ ਜੀ। ਇਹ ਸਬਰ ਕਰਤਾ, ਇਹ ਕੀ ਹੁੰਦਾ ਜੀ? ਇਹ ਜਦੋਂ ਖੇਤਾਂ ਦੇ ਵਿਚ ਕਣਕ ਦੇ ਹੋਲ ਵਗੈਰਾ ਲਗਾਏ ਜਾਂਦੇ ਸੀ, ਇਹਦੇ ਨਾਲ ਜਿਹੜੀ ਕਣਕ ਸੀ ਉਹ ਦਾਣੇ ਪਾਸੇ ਕਰੀ, ਹਾਂਜੀ, ਇਕੱਠੇ ਕੀਤੇ ਜਾਂਦੇ। ਜੀ, ਤੇ ਆਹ ਤੁਸੀਂ ਮੂੰਗਲੀਆਂ ਦੇਖ ਰਹੇ ਹੋ ਜੀ, ਇਹ ਭਲਵਾਨ ਫੇਰਦੇ ਜਿਹੜੇ, ਹਾਂਜੀ, ਇਹ ਫੇਰਦੇ ਹੁੰਦੇ ਤੇ ਬਾਹਾਂ ਦੀ ਇਹਨਾਂ ਨਾਲ ਕਸਰਤ ਕਰਦੇ। ਜੀ, ਤੇ ਆਹ ਤੁਸੀਂ ਮੂਲਾ ਦੇਖ ਰਹੇ ਹੋ ਜੀ। ਪੰਜਾਬੀ ਦੇ ਵਿਚ ਇੱਕ ਮੁਹਾਵਰਾ ਹੈਗਾ ਵੀ ਉਖੜੀ ਚ ਸਿਰ ਦਿੱਤਾ ਤੇ ਮੂਲਿਆਂ ਦਾ ਕੀੜਾ, ਮੂਲਿਆਂ ਦਾ ਕੀੜਾ ਜੀ। ਤੇ ਇਸੇ ਤਰ੍ਹਾਂ ਸਧਵਾਈ ਹੈ ਜੀ, ਉਹ ਜੋ ਗੱਡਾ ਤੁਸੀਂ ਦੇਖਿਆ ਉਹਨੂੰ ਜਦੋਂ ਗਰੀਸ ਵਗੈਰਾ ਕਰਦੇ ਹੁੰਦੇ ਸੀ, ਇਹਦੇ ਥੱਲੇ ਚੈੱਕ ਦੀ ਤਰ੍ਹਾਂ ਇਹ ਕੰਮ ਕਰਦਾ ਹੁੰਦਾ। ਅੱਛਾ, ਤੇ ਆਹ ਜਿਹੜਾ ਹੈਗਾ ਜੀ, ਇਹ ਤੇਲੀਆਂ ਦੇ ਘਰੇ ਜਿਹੜੀ ਉਹ ਰੂਮ ਵਗੈਰਾ ਬਣਾਈ ਜਾਂਦੀ ਸੀ, ਉਹਦੇ ਲਈ ਇਹਨੂੰ ਤਾੜਾ ਕਰਕੇ ਜਾਣਿਆ ਜਾਂਦਾ। ਇਹ ਤਾੜਾ, ਹਾਂਜੀ ਜੀ। ਤੇ ਇਸ ਤਰ੍ਹਾਂ ਆਹ ਹੈਗਾ ਜੀ, ਉੱਠਾਂ ਦੇ ਉੱਤੇ ਜਦੋਂ ਖੇਤਾਂ ਚੋਂ ਹਰੇ ਬਾਈ ਜਾਂ ਕੱਖ ਕੰਡਾ ਲੈ ਕੇ ਆਉਂਦੇ ਸੀ, ਇਹਨੂੰ ਜਾਲ ਬੋਲਦੇ ਆ ਜੀ, ਜਾਲ। ਉਹਦੇ ਵਿੱਚ ਪੱਠੇ ਦੋਵੇਂ ਪਾਸੇ ਪਾ ਲਈ ਜਾਂਦੇ ਆ, ਪਾ ਕੇ ਦੋਵੇਂ ਪਾਸੇ ਉੱਤੇ ਲੱਦਿਆ ਜਾਂਦਾ ਸੀ। ਤੇ ਇਸ ਤਰ੍ਹਾਂ ਆਹ ਤੁਸੀਂ ਲੱਕੜ ਦੀ ਤੰਗੜੀ ਦੇਖ ਰਹੇ ਹੋ, ਤੇ ਆਹ ਤੁਸੀਂ ਸੰਗ ਦੇਖ ਰਹੇ ਹੋ। ਇਹ ਸੰਗ ਕੀ ਚੀਜ਼ ਆ? ਇਹ ਸੰਗ ਹੈ ਜੀ, ਇਹ ਵੀ ਖੇਤਾਂ ਦੇ ਵਿੱਚ ਜਿਹੜੇ ਕੋਈ ਫਸਲਾਂ ਵਗੈਰਾ ਨੂੰ ਜਾਂ ਕੋਈ ਛੋਲਿਆਂ ਦੀ ਖੇਤੀ ਹੁੰਦੀ ਸੀ ਤੇ ਉਸ ਨੂੰ ਇਹ ਖੇਤਾਂ ਦੇ ਵਿੱਚ ਜਾਂ ਇਕੱਠਾ ਕਰਨ ਲਈ ਵਰਤਿਆ ਜਾਂਦਾ ਸੀ ਜੀ। ਇਹਨੂੰ ਬਘਿਆੜ ਕਹਿੰਦੇ ਆ ਜੀ। ਅੱਛਾ, ਮੈਂ ਜੋ ਤੁਸੀਂ ਬਾਹਰ ਬਘਿਆੜ ਕਿਹਾ, ਮੈਂ ਕਿਹਾ ਹੋ ਸਕਦਾ ਕੋਈ ਜਾਨਵਰ ਰੱਖਿਆ ਹੋਵੇ, ਪਰ ਇਹ ਜਾਨਵਰ ਨਹੀਂ, ਇਹ ਬਘਿਆੜ, ਇਹ ਸੰਦ ਦਾ ਨਹੀਂ, ਬਘਿਆੜ ਹੈ ਜੀ। ਓਕੇ ਜੀ, ਤੇ ਆਹ ਲੱਕੜ ਦਾ ਪੌਰ ਹੈ ਜੀ, ਇਹ ਦੋਹੇ ਕੀ ਚੀਜ਼ਾਂ ਨੇ ਜੀ? ਇਹ ਪੌਰ ਕੀ ਹੁੰਦਾ? ਇਹ ਪੌਰ ਹੁੰਦਾ ਜੀ, ਹਲ ਦੇ ਪਿੱਛੇ ਬੰਨ ਕੇ ਨੂੰ, ਤੇ ਜਦੋਂ ਕੋਈ ਫਸਲ ਬੀਜੀ ਜਾਂਦੀ ਸੀ ਦਾਣੇ ਉੱਤੇ ਸੁੱਟਦੇ ਆ, ਦਾਣੇ ਪਾਏ ਜਾਂਦੇ। ਇਹਦੇ ਵਿੱਚ ਛੇਕ ਆ ਤੇ ਵਾਸਤਾ ਬਣਿਆ ਹੋਇਆ? ਹਾਂਜੀ ਹਾਂ, ਇਹਦੇ ਵਿੱਚ ਦੀ ਛੇਕ ਹੈ। ਧੰਨਵਾਦ ਤੁਹਾਡਾ। ਇਸ ਤਰ੍ਹਾਂ ਤੁਸੀਂ ਅੱਗੇ ਦੇਖ ਰਹੇ ਹੋ, ਇਹ ਕੀ ਚੀਜ਼ ਹੈ ਜੀ? ਇਹ ਸਾਹਮਣੇ ਜਿਹੜਾ ਹੱਥ ਕਰਿਓ ਪੀਲੇ ਰੰਗ ਦਾ, ਇਹ ਜੀ ਖੱਡਾ ਹੈਗਾ, ਇਹਦੇ ਵਿੱਚ ਸਾਡੇ ਘਰੇਲੂ ਔਰਤਾਂ ਨਾਲੇ ਵਗੈਰਾ ਜੀ ਬਣਦੀਆਂ ਹੁੰਦੀਆਂ ਸੀ ਜੀ। ਜੀ, ਤੇ ਆਹ ਹੈਗੀ ਉਰੀ ਹੈ ਜੀ, ਇਹ ਕੀ ਹੁੰਦੀ ਹੈ ਉਰੀ? ਉਰੀ ਦੇ ਉੱਤੇ ਪੱਟੀਆਂ ਲਪੇਟ ਕੇ ਇਹ ਚਰਖੇ ਦੇ ਉੱਤੇ ਇਸ ਤਰ੍ਹਾਂ ਘੁੰਮਦੀ ਹੁੰਦੀ ਸੀ ਜੀ। ਅੱਛਾ, ਮੈਂ ਇੱਕ ਨਾਲ ਦੀ ਨਾਲ ਤੁਹਾਡੀਆਂ ਚੀਜ਼ਾਂ ਵੇਖ ਰਹੇ ਹਾਂ, ਤੁਸੀਂ ਕੁਝ ਲਿਖਦੇ ਵੀ ਹੋ? ਹਾਂ ਜੀ, ਮੈਨੂੰ ਥੋੜਾ ਮੋਟਾ ਇਸ ਤਰ੍ਹਾਂ ਦਾ ਸ਼ੌਕ ਵੀ ਹੈਗਾ ਤੇ ਆਰਟੀਕਲ ਵਗੈਰਾ ਮੇਰੇ, ਹਾਂ, ਸਪੋਕਸਮੈਨ ਜਾਂ ਪੰਜਾਬੀ, ਕਿਉਂਕਿ ਜਿਹੜੇ ਤੁਹਾਨੂੰ ਨਾਮ ਚੇਤੇ ਨੇ ਚੀਜ਼ਾਂ ਦੇ, ਜੇ ਤੁਸੀਂ ਕਵਿਤਾਵਾਂ ਚ ਉਤਰੋ ਜਾਂ ਕਿਸੇ ਆਰਟੀਕਲ ਲਿਖੋ, ਲੇਖ ਲਿਖੋ, ਇਹ ਚੀਜ਼ਾਂ ਬਿਲਕੁਲ ਤੁਸੀਂ ਜਿਉਂਦੀਆਂ ਰੱਖ ਸਕਦੇ ਹੋ ਜੀ। ਹਾਂ ਜੀ, ਇਸ ਤਰ੍ਹਾਂ ਆਹ ਸਾਹਮਣੇ ਤੁਸੀਂ ਕਾਰਗਰ ਦੇਖ ਰਹੇ ਹੋ ਜੀ, ਇਹਦੇ ਉੱਤੇ ਬੜਾ ਮਸ਼ਹੂਰ ਗੀਤ ਸੀ, ਘੜਾ ਵੱਜਦਾ ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡੇ ਆ। ਤੇ ਆਹ ਹੈਗਾ ਜੀ ਊਰਾ ਜੀ, ਇਹ ਪੂਰਾ ਤੁਹਾਨੂੰ ਦਿਖਾਈ ਦੇ ਰਿਹਾ, ਇਹ ਉਰਾ ਜਿਹੜਾ ਚਰਖੇ ਦਾ, ਹਾਂਜੀ ਹਾਂਜੀ, ਇਹ ਵੀ ਚਰਖੇ ਦਾ। ਤੇ ਇਹ ਜੀ ਜੀ ਆ ਹੈਗਾ ਜੀ, ਖਿੜਗਣ ਬੋਲਦੇ ਆ ਜੀ। ਕੀ ਬੋਲਦੇ? ਖਿੜਗਣ, ਗਿੜ ਗਣ, ਖਿੜਗਣ, ਹਾਂਜੀ। ਇਹਦੇ ਉੱਤੇ ਤੌਲਾ ਰੱਖ ਕੇ ਜੀ, ਤੇ ਇਹਦੇ ਵਿੱਚ ਜਿਹੜੀ ਕਹੀ ਵਗੈਰਾ ਹੁੰਦੀ ਸੀ ਉਹਨੂੰ ਬੀਜਣੀ, ਉਹ ਰਿੜਕਿਆ ਜਾਂਦਾ ਸੀਗਾ। ਤੇ ਆ ਹੈਗਾ ਜੀ ਥੇ ਦੇ ਵਿੱਚੋਂ ਠਹਿਰਾਇਆ ਹੋਇਆ ਜੀ, ਸਾਡਾ ਖੇਤ ਆ ਇੱਧਰ ਸੇਖੇ ਵੱਲ, ਹਾਂ, ਉੱਥੋਂ ਲੱਭਾ, ਹਾਂਜੀ, ਉੱਥੋਂ ਕਾਫੀ ਸਾਰਾ ਸਮਾਨ ਹੈ, ਚੂੜੀਆਂ, ਸਿੱਕੇ, ਠੂਠੀਆਂ ਜੀ, ਤੇ ਕਾਫੀ ਸਾਰਾ ਸਮਾਨ ਹੈ ਜਿਹੜਾ ਮੈਨੂੰ ਥੇ ਦੇ ਵਿੱਚ ਹੈ।
ਬਾਂਹ ਹੈਗੀ ਜੀ ਕੋਈ ਵੀ ਟਿੰਡ ਟਿੰਡ ਦੇਖ ਰਹੇ ਹੋ ਕਿ ਸਾਡੇ ਵੀ ਗਾਇਬ ਹੋ ਚੁੱਕੀਆਂ ਨੇ ਜੀ ਢੋਲ ਹੈਗਾ ਅੱਛਾ ਜੀ ਤੇ ਇਹਦੇ ਤੇ ਵੀ ਸਾਡੇ ਪੰਜਾਬੀ ਕਲਚਰ ਦੇ ਵਿਚ ਬੜੇ ਸਾਰੇ ਇਹ ਇਹ ਡੋਲ ਖੂਹ ਦਾ ਡੋਲ ਹੈ ਹਾਂਜੀ ਖੂਹ ਦਾ ਡੋਲ ਖੂਹ ਦੇ ਵਿਚੋਂ ਪਾਣੀ ਕੱਢਣ ਲਈ ਜਾਂਦਾ ਸੀ ਤੇ ਇਸ ਤਰ੍ਹਾਂ ਆਹ ਉੱਠਦੀ ਕਾਠੀ ਹੈ ਜੀ ਵਿਚ ਵਿਚ ਆਪਾਂ ਜਿੱਥੇ ਤੁਹਾਡੀ ਚੀਜ਼ਾਂ ਵੇਖ ਰਹੇ ਹਾਂ ਵਿਰਾਸਤੀ ਚੀਜ਼ਾਂ ਤੁਸੀਂ ਇੱਕ ਕਮਰੇ ਦੇ ਵਿਚ ਇਹ ਸਾਰੀਆਂ ਰੱਖੀਆਂ ਹੋਈਆਂ ਚੀਜ਼ਾਂ ਮੈਨੂੰ ਤਾਂ ਲੱਗਦਾ ਕਿ ਇਹ ਤੁਹਾਨੂੰ ਇੱਕ ਮਿਊਜ਼ੀਅਮ ਦੀ ਲੋੜ ਹੈ ਇੱਕ ਅਜਾਇਬ ਘਰ ਦੀ ਲੋੜ ਹੈ ਹਾਂਜੀ ਹਾਂ ਉਹਦੀ ਬੜੀ ਮੈਨੂੰ ਸ਼ਿੱਦਤ ਨਾਲ ਜ਼ਰੂਰਤ ਹੈ ਪਰ ਉਹਦੇ ਲਈ ਮੇਰੀ ਜਿਹੜੀ ਹਲਦੀ ਘੜੀ ਜੇਬ ਨਹੀਂ ਜੀ ਇਜਾਜ਼ਤ ਦੇ ਰਹੀ ਅਸੀਂ ਇਹ ਕਰ ਸਕਦੇ ਹਾਂ ਕਿ ਤੁਸੀਂ ਆਪਣਾ ਨੰਬਰ ਬੋਲੋ ਇਹਨਾਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਤੁਹਾਨੂੰ ਜ਼ਰੂਰ ਸੰਪਰਕ ਕਰ ਲੈਣਗੇ ਆਪਣਾ ਫੋਨ ਨੰਬਰ ਬੋਲ ਦਿਓ ਹਾਂਜੀ ਮੇਰਾ ਫੋਨ ਨੰਬਰ ਹੈਗਾ ਜੀ 94649 ਜੀ 03322 9464903322 ਜੀ ਹਾਂਜੀ ਤੁਹਾਡਾ ਨਾਮ ਫਿਰ ਦੱਸ ਦਿਓ ਮੇਰਾ ਨਾਮ ਜਗਤਾਰ ਸਿੰਘ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਇਹ ਸਾਨੂੰ ਆਪਣੀਆਂ ਵਿਰਾਸਤੀ ਚੀਜ਼ਾਂ ਵੇਖ ਰਹੇ ਨੇ ਦੱਸ ਰਹੇ ਨੇ ਇੱਥੇ ਵੇਖ ਲਓ ਜੀ ਇਹ ਐਂਟੀਨਾ ਹਾਂਜੀ ਇਹ ਐਂਟੀਨਾ ਹੈ ਜੀ ਅੱਜ ਕੱਲ੍ਹ ਤਾਂ ਡਿਸ਼ ਦਾ ਜ਼ਮਾਨਾ ਆ ਗਿਆ ਉਸ ਤੋਂ ਵੀ ਅੱਗੇ 3G 4G ਇੰਟਰਨੈਟ ਦਾ ਜ਼ਮਾਨਾ ਸਭ ਕੁਝ ਬੰਦੇ ਫੋਨ ਚ ਵੇਖ ਲੈਂਦੇ ਆ ਇਹ ਜੀ ਕੁਝ ਘੋੜੇ ਨਾਲ ਰਿਲੇਟਡ ਆ ਇਹ ਜੀ ਹੈਗਾ ਉੱਠ ਦਾ ਨਿਓਲ ਹੈ ਜੀ ਉੱਠ ਦੇ ਗੱਟਿਆਂ ਵਿਚ ਲਾਇਆ ਜਾਂਦਾ ਸੀ ਨਿਓਲ ਬੋਲਦੇ ਨੂੰ ਆ ਜੰਜੀਰੀ ਬੜੀ ਸੋਹਣੀ ਆ ਜੀ ਆ ਦਿਖਾਇਓ ਜਰਾ ਇਹ ਜੰਜੀਰੀ ਨਹੀਂ ਜੀ ਇਹ ਕਿਸੇ ਟਾਈਮ ਹਲੇ ਤੇ ਮੈਨੂੰ ਨਾਂ ਬਾਰੇ ਵੀ ਨੀ ਪਤਾ ਕੀ ਹੈਗਾ ਕਿ ਮੈਂ ਸੁਣੀ ਆ ਕਿਸੇ ਥੋੜਾ ਚਾਨਣੇ ਲੈਓ ਲੱਕ ਦੇ ਦੁਆਲੇ ਦੀ ਇਹ ਬੰਨੀ ਜਾਂਦੀ ਸੀ ਇੱਕ ਮਿੰਟ ਮੈਨੂੰ ਕੁੰਡੀ ਵੇਖ ਲੈਣ ਦਿਓ ਇਹਦੀ ਇੱਕ ਮਿੰਟ ਥੋੜਾ ਫੋਕਸ ਹੋ ਲੈਣ ਦਿਓ ਇਹਦਾ ਵੇਖੋ ਜੀ ਜਿਹੜੀ ਬਣਤਰ ਆ ਬਹੁਤ ਜ਼ਬਰਦਸਤ ਬਣਤਰ ਆ ਅਜੀ ਇਹ ਤੁਸੀਂ ਦੇਖ ਰਹੇ ਹੋ ਕਿ ਮਿਸਤਰੀ ਨੇ ਇਹ ਹੱਥਾਂ ਨਾਲ ਬਣਾਈ ਹੋਈ ਹੈ ਜੀ ਦੇਖੋ ਜੀ 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 ਇਹ ਪ੍ਰਾਪਤ ਕਿੱਥੋਂ ਹੋਈ ਹੈ ਬੜੀ ਵੱਖਰੀ ਚੀਜ਼ ਹੈ ਹਾਂਜੀ ਇਹ ਮੈਨੂੰ ਇੱਥੇ ਸਾਡੇ ਕੱਟੂ ਤੋਂ ਹੀ ਕਿਸੇ ਬੰਦੇ ਨੇ ਮੁਹੱਈਆ ਕੀਤੀ ਹੈ ਜੀ ਓਕੇ ਓਕੇ ਆਹ ਤੁਸੀਂ ਦੀਵਾ ਦੇਖ ਰਹੇ ਹੋ ਜੀ ਆਹ ਕਿਹੜਾ ਸਟੈਂਡ ਹੈ ਇਹ ਦੀਵੇ ਦਾ ਹੀ ਸਟੈਂਡ ਹੈ ਦੀਵਟ ਬੋਲਦੇ ਇਹਨੂੰ ਹੇਠਲੇ ਨੂੰ ਦੀਵਟ ਦੀਵਟ ਤੇ ਇਸ ਤਰ੍ਹਾਂ ਇਹਨੂੰ ਲਾਲਟਨ ਬੋਲਦੇ ਮੈਨੂੰ ਤੁਹਾਡੀਆਂ ਚੀਜ਼ਾਂ ਵੇਖ ਕੇ ਇੱਕ ਗੱਲ ਖਿਆਲ ਆ ਰਿਹਾ ਕਿ ਤੁਸੀਂ ਇਹਨਾਂ ਚੀਜ਼ਾਂ ਦੀਆਂ ਤਸਵੀਰਾਂ ਕਰਕੇ ਉਹਨੂੰ ਇੱਕ ਐਲਬਮ ਦੇ ਵਾਂਗ ਵੀ ਪੇਸ਼ ਕਰ ਸਕਦੇ ਹੋ ਕਿਤਾਬ ਤੌਰ ਤੇ ਵੀ ਹਾਂਜੀ ਕਰ ਸਕਦਾ ਪਰ ਇੱਥੇ ਜਿਹੜੇ ਹੋਰ ਕਾਫੀ ਸਾਰੇ ਕੋਈ ਤੁਹਾਡੇ ਵਰਗੇ ਸੱਜਣ ਆਉਂਦੇ ਆ ਉਹ ਤਸਵੀਰਾਂ ਵਗੈਰਾ ਲੈ ਜਾਂਦੇ ਤੇ ਮੈਂ ਇਹਦੇ ਇਸ ਤਰ੍ਹਾਂ ਦੇ ਜਿਹੜਾ ਆਪਣਾ ਕਹਿ ਲਓ ਵੀ ਇਹ ਇੰਟਰਨੈਟ ਵਾਲੇ ਉਸ ਤੋਂ ਮੈਂ ਹਲੇ ਸਾਈਡ ਤੇ ਹੀ ਆ ਜੀ ਕਿ ਇਹਦੇ ਬਾਰੇ ਨਹੀਂ ਤੁਹਾਨੂੰ ਅੱਗੇ ਆਉਣਾ ਪੈਣਾ ਜੀ ਇਹ ਤਾਂ ਤੁਸੀਂ ਭਲਾ ਕਰ ਰਹੇ ਹੋ ਵਿਰਾਸਤ ਨਾਲ ਲੋਕਾਂ ਨੂੰ ਜੋੜਨ ਦੀ ਗੱਲ ਕਰ ਰਹੇ ਹੋ ਇਹ ਕੀ ਹੈ ਜੀ ਬ੍ਰਸ਼ ਵਰਗੀ ਚੀਜ਼ ਇਹ ਇਹਨੂੰ ਕੁੱਚ ਬੋਲਦੇ ਆ ਜੀ ਕੀ ਜੀ ਕੁੱਚ ਬੋਲਦੇ ਆ ਜੀ ਕੱਕਾ ਚੱਚਾ ਹਾਂਜੀ ਕੁੱਚ ਕੁੱਚ ਜੀ ਕੁੱਚ ਇਹ ਘਰਾਂ ਦੇ ਵਿੱਚ ਜਦੋਂ ਔਰਤਾਂ ਕਿਸੇ ਵੇਲੇ ਤਾਣਾ ਬੁਣਦੀਆਂ ਸਨ ਤਾਂ ਇਹਨੂੰ ਉਹਦੇ ਉੱਪਰ ਐ ਘਸਾਇਆ ਜਾਂਦਾ ਸੀ ਜੀ ਅੱਛਾ ਜੀ ਇਹਦੇ ਨਾਲ ਜਿਹੜੀਆਂ ਧਾਗੇ ਸੀ ਉਹ ਬਰਾਬਰ ਹਾਂਜੀ ਉਹ ਧਾਗੇ ਸੀ ਉਹ ਖਿਲਰ ਜਾਂਦੇ ਸੀ ਅੱਛਾ ਉਹਨਾਂ ਦੇ ਉੱਤੇ ਪਾਣ ਵਗੈਰਾ ਲਾਈ ਹੁੰਦੀ ਸੀ ਉਹਨੂੰ ਫਿਰ ਇਹ ਜਾਣੀ ਹੈ ਖਲੇਰਨ ਖਾਤਰ ਫੇਰਿਆ ਜਾਂਦਾ ਹੁੰਦਾ ਸੀ ਜੇ ਇਹਨਾਂ ਚੀਜ਼ਾਂ ਨੂੰ ਤੁਹਾਡੀਆਂ ਚੀਜ਼ਾਂ ਨੂੰ ਗਿਣਿਆ ਜਾਵੇ ਤੇ ਇਹ ਤਕਰੀਬਨ ਸੈਂਕੜੇ ਨੇ ਹਾਂਜੀ ਹਾਂਜੀ ਤੇ ਆਹ ਤੁਸੀਂ ਦੇਖ ਰਹੇ ਹੋ ਜੀ ਇਹ ਕਰੀਬ ਦਾ ਬੇਲਣਾ ਮੈਂ ਬੇਲ ਬੇਲ ਥੱਕੀ ਇਸ ਤਰ੍ਹਾਂ ਇੱਕ ਨਰਿੰਦਰ ਬੀਬਾ ਦਾ ਗੀਤ ਹੈ ਜੀ ਇਹਦੇ ਨਾਲ
ਅੱਗੇ ਔਰਤਾਂ ਘਰਾਂ ਦੇ ਵਿਚ ਮਤਲਬ ਕਰੀਰ ਨਾਲ ਲੱਕੜ ਦਾ ਹਾਂਜੀ ਹਾਂਜੀ ਰੁੱਖ ਦਾ ਕਰੀਰ ਦੀ ਲੱਕੜ ਤੋਂ ਬਣਿਆ ਹੋਇਆ ਵੇਲਣਾ ਤੇ ਇਹਦੇ ਨਾਲ ਕਪਾਹ ਜਿਹੜੀ ਹੈ ਵੇਲੀ ਦੀ ਹਾਂਜੀ ਵੇਲੀ ਜਾਂਦੀ ਹੈ ਤੇ ਇਹਨਾਂ ਦਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੇ ਉੱਤੇ ਸਾਡੇ ਲੋਕ ਗੀਤ ਜਿਹਨਾਂ ਨੂੰ ਅਸੀਂ ਗੀਤ ਕਹਿੰਦੇ ਹਾਂ ਉਹ ਵਰਤੇ ਜੀ ਇਹ ਕੀ ਆ ਇਹਨੂੰ ਦਾਤ ਬੋਲਦੇ ਆ ਜੀ ਅੱਛਾ ਜੀ ਇਹਦੇ ਨਾਲ ਜਦੋਂ ਸਾਡੇ ਟੋਕਾ ਕਰਨ ਵਾਲੀਆਂ ਮਸ਼ੀਨਾਂ ਹੁੰਦੀਆਂ ਨਹੀਂ ਸੀ ਤਾਂ ਉਸ ਵਕਤ ਇਹ ਵਿਰਾਸਤੀ ਚੀਜ਼ਾਂ ਸਾਂਭਦੇ ਹੋ ਤੁਹਾਨੂੰ ਇੱਕ ਮਨ ਚ ਦੁੱਖ ਹੁੰਦਾ ਕਿ ਚੀਜ਼ਾਂ ਖਤਮ ਹੋ ਰਹੀਆਂ ਚੀਜ਼ਾਂ ਹੋ ਗਈਆਂ ਹਾਂਜੀ ਹਾਂ ਇਹ ਤਾਂ ਹੈਗਾ ਹੀ ਆ ਪਰ ਮੈਂ ਇਹਨਾਂ ਨੂੰ ਬੜੀ ਸ਼ਿੱਦਤ ਨਾਲ ਜਿੱਥੋਂ ਕਦੋਂ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਵਿਰਾਸਤੀ ਚੀਜ਼ ਬਾਰੇ ਜਾਣਕਾਰੀ ਮਿਲਦੀ ਆ ਮੈਂ ਫੌਰੀ ਜਿਦਾਂ ਮੇਰੀ ਜੇਬ ਇਜਾਜ਼ਤ ਦਿੰਦੀ ਹੈ ਮੈਂ ਉਹਨੂੰ ਖਰੀਦਾਂ ਤੇ ਬੜੇ ਸਾਰੇ ਲੋਕ ਹੈ ਮੈਨੂੰ ਚੀਜ਼ਾਂ ਉਹ ਫ੍ਰੀ ਦੇ ਵਿੱਚ ਦੇ ਰਿਹਾ ਕਿਉਂਕਿ ਮੇਰੀ ਤਮੰਨਾ ਹੈ ਵੀ ਮੈਂ ਇੱਕ ਮਿਊਜ਼ੀਅਮ ਕਰਨਾ ਹੈ ਤਿਆਰ ਮਿਊਜ਼ੀਅਮ ਤੁਸੀਂ ਕਿਸੇ ਸ਼ਹਿਰ ਦਾ ਬਣਾਓਗੇ ਕਿ ਪਿੰਡ ਚ ਬਣਾ ਦੀ ਇੱਥੇ ਹੀ ਬਣਾਉਂਗਾ ਹਾਂ ਕਿਉਂਕਿ ਪਿੰਡ ਨਾਲ ਜੁੜੀਆਂ ਹੋਈਆਂ ਚੀਜ਼ਾਂ ਕਿ ਪੰਜਾਬੀ ਕਲਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਸ਼ਹਿਰ ਦੀ ਬਜਾਏ ਇੱਥੇ ਹੀ ਮੈਂ ਸਾਡੇ ਕੱਟੂ ਪਿੰਡ ਦੇ ਵਿੱਚ ਹੀ ਮੇਰੀ ਬਣਾਉਣ ਦੀ ਠੀਕ ਹੈ ਸਰਦਾਰ ਜੀ ਤੁਹਾਡਾ ਧੰਨਵਾਦ ਤੁਹਾਡਾ ਨੰਬਰ ਵਿੱਚ ਬੋਲ ਦਿੱਤਾ ਗਿਆ ਜਿਹੜੇ ਕੋਈ ਵਿਰਾਸਤ ਨਾਲ ਪ੍ਰੇਮੀ ਨੇ ਉਹ ਤੁਹਾਡੇ ਨਾਲ ਜ਼ਰੂਰ ਸੰਪਰਕ ਕਰਨਗੇ ਤੁਹਾਡਾ ਸਾਥ ਦੇਣਗੇ ਸਾਥ ਲੈਣਗੇ ਆਹ ਤੁਸੀਂ ਦੇਖ ਰਹੇ ਹੋ ਇਹ ਇੱਟ ਇਸ ਤਰ੍ਹਾਂ ਦੀ ਹੈ ਜੀ ਇਹ ਪਾਣੀ ਦੇ ਵਿੱਚ ਡੁੱਬਦੀ ਨਹੀਂ ਹੈਗੀ ਜੀ ਇਹ ਸਾਨੂੰ ਕੋਈ ਇਸ ਤਰ੍ਹਾਂ ਵਿਰਾਸਤੀ ਚੀਜ਼ਾਂ ਦਾ ਤੁਸੀਂ ਪਾਣੀ ਪਾ ਕੇ ਵੇਖੀ ਹੈ ਹਾਂਜੀ ਹਾਂਜੀ ਦੇਖੀ ਹੈ ਹੋਰਾਂ ਵੀ ਬੜੇ ਸਾਰੇ ਬੰਦਿਆਂ ਨੇ ਦੇਖੀ ਹੈ ਕਦੀ ਮੈਂ ਨਹੀਂ ਦੇਖੀ ਇਹ ਇੱਕ ਮਿੰਟ ਜੀ ਮੇਰਾ ਵੀ ਦਿਲ ਕਰਦਾ ਵੇਖ ਲਵਾਂ ਅੱਛਾ ਇਹ ਬਣੀ ਕਾਹਦੀ ਆ ਫਿਰ ਇਹ ਜੀ ਆਮ ਹੀ ਜਿਵੇਂ ਇੱਟਾਂ ਹੁੰਦੀਆਂ ਨੇ ਇੱਟਾਂ ਵਿੱਚੋਂ ਇਹ ਖੋਖਲੀ ਹੈ ਜੀ ਅੱਛਾ ਵਿੱਚੋਂ ਖਾਲੀ ਹੈ ਹਾਂਜੀ ਖਾਲੀ ਹੈ ਅੱਛਾ ਇਹ ਆਈ ਕਿੱਥੋਂ ਇਹ ਸਾਨੂੰ ਮੋਗੇ ਦਾ ਇੱਕ ਬੰਦਾ ਹੈ ਜੀ ਉਹ ਵੀ ਵਿਰਾਸਤੀ ਚੀਜ਼ਾਂ ਸਮਝਦਾ ਉਹਨੇ ਸਾਨੂੰ ਜਾਨੀ ਉਹਨਾਂ ਕੋਲ ਦੋ ਸੀ ਉਹਨਾਂ ਕੋਲ ਦੇ ਰਹੇ ਸੀ ਹਾਂਜੀ ਉਹਨਾਂ ਕੋਲ ਦੋ ਸੀ ਉਹਨਾਂ ਨੇ ਇੱਕ ਆਪ ਰੱਖ ਲਈ ਸੀ ਉਹਨਾਂ ਕੋਲ ਜਦ ਉਹਨਾਂ ਦੀਆਂ ਚੀਜ਼ਾਂ ਉਹਨਾਂ ਦਾ ਨਾਮ ਦੱਸਿਓ ਹੋ ਸਕਦਾ ਸਾਨੂੰ ਕਿਤੇ ਉਹਨਾਂ ਨੂੰ ਹਾਂਜੀ ਉਹ ਕੇਵਲ ਸਿੰਘ ਦੇ ਜੀ ਵਾਸੀ ਮੋਗਾ ਜੀ ਹਾਂ ਤੇ ਮੋਗਾ ਸਿਟੀ ਦੇ ਸ਼ਹਿਰ ਦੇ ਨਾ ਜੀ ਸਿਟੀ ਦੇ ਵਿੱਚ ਰਹਿੰਦੇ ਆ ਤੇ ਪਿੰਡ ਉਹਨਾਂ ਦਾ ਕੋਲ ਹੀ ਹੈ ਜੀ ਵੈਸੇ ਉਹਨਾਂ ਦੀ ਉੱਥੇ ਵਰਕਸ਼ਾਪ ਹੈ ਜੀ ਮੋਗਾ ਸ਼ਹਿਰ ਦੇ ਵਿੱਚ ਜੀ ਠੀਕ ਹੈ ਸਰਦਾਰ ਜੀ ਤੁਹਾਡਾ ਧੰਨਵਾਦ ਸਾਡੇ ਕੋਲ ਵੀ ਸਮਾਂ ਤਕਰੀਬਨ ਜਾਣ ਦਾ ਅਸੀਂ ਹੋਰ ਅੱਗੇ ਜਾਣਾ ਕਿਤੇ ਜ਼ਿੰਦਗੀ ਰਹੀ ਤਾਂ ਫੇਰ ਆਪਾਂ ਮਿਲਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਵੀ ਬੜੀ ਖੁਸ਼ੀ ਹੋਈ ਹੈ ਧੰਨਵਾਦ ਧੰਨਵਾਦ ਠੀਕ ਹੈ ਜੀ ਧੰਨਵਾਦ ਧੰਨਵਾਦ